ਕਿਹੜੀ ਖੁਰਾਕ ਖਾਧੀ ਜਾਵੇ ਕਿਹੜੀ ਨਾ ਖਾਧੀ ਜਾਵੇ ਜ਼ਿੰਦਗੀ ਜੀ ਲੈਣੀ ਚਾਹੀਦੀ ਹੈ। ਬਹੁਤੀਆਂ ਰੋਕਾਂ ਜਦੋਂ ਲਾਉਂਦੇ ਹਾਂ ਨਾ ਤਾਂ ਸਾਨੂੰ ਮਹਿਸੂਸ ਹੁੰਦਾ ਖੁਰੇ ਸਾਡੇ ਤੁਰ ਜਾਣ ਦਾ ਹੀ ਸਮਾਂ ਆ ਗਿਆ, ਅਸੀਂ ਤੇ ਖਾਲਸ ਖਾਣਾ ਹੀ ਬਸ ਸੁਣ ਚੜਦੇ ਹਾਂ, ਕਸਰਤ ਦਾ ਤਾਂ ਕੀ ਕਰਨਾ। ਕਦੇ ਵੀ ਕੋਈ ਵੀ ਦਿਨ ਨਹੀਂ ਟੱਪਣਾ ਚਾਹੀਦਾ ਜਿਸ ਦਿਨ ਘੱਟੋ ਘੱਟ ਦੋ ਵਾਰ ਫਲ ਨਾ ਖਾਧੇ ਹੋਣ। ਹਰ ਫਲ ਦੇ ਅੰਦਰ ਜ਼ਹਿਰ ਅਸੀਂ ਭਰ ਛੱਡਿਆ ਪਰ ਅਜੇ ਤੱਕ ਕੇਲੇ ਦੇ ਅੰਦਰ ਵੜ ਨਹੀਂ ਸਕਿਆ। ਬੱਚੇ ਬੜੇ ਨੱਕ ਬੁੱਲ ਟੇਰਦੇ ਨੇ ਇਸ ਸਬਜ਼ੀ ਨੂੰ, ਪਰ ਤੁਸੀਂ ਦੱਸਿਆ ਕਿ ਫਾਇਦੇਮੰਦ ਬਹੁਤ ਹੈ। 45 ਦੇ ਨੇੜੇ ਆਏ ਹੋ ਤਾਂ 200 ਕੈਲਰੀਆਂ ਪ੍ਰਤੀ ਦਿਨ ਦੀਆਂ ਘੱਟ ਸ਼ੁਰੂ ਕਰੋ। ਤੁਹਾਡੇ ਹੱਥ ਦੀ ਘੁੱਟ ਕੇ ਜਦੋਂ ਤੁਸੀਂ ਕਿਸੇ ਨੂੰ ਮਿਲਾਉਂਦੇ ਹੋ ਉਹ ਤੁਹਾਡੇ ਦਿਲ ਦੀ ਸਿਹਤ ਦੱਸਦਾ ਜੀ। ਕਦੇ ਵੀ ਝੁੱਕ ਕੇ ਬਹੁਤਾ ਹੈਵੀ ਵੇਟ ਦੇ ਕੰਮ ਨਾ ਕਰਿਓ। ਮਨ ਤੰਦਰੁਸਤ ਤਾਂ ਤਨ ਵੀ ਤੰਦਰੁਸਤ। ਗੰਦਗੀ ਖਾਣ ਤੋਂ ਹਟ ਜਾਈਏ, ਬਿਮਾਰੀਆਂ ਹੀ ਨਹੀਂ ਹੋਣਗੀਆਂ। ਸਮੁੱਚੀ ਮਾਨਵਤਾ ਲਈ ਤੰਦਰੁਸਤ ਰਹੋ, ਹੱਸਦੇ ਰਹੋ, ਵੱਸਦੇ ਰਹੋ ਤੇ ਖੇੜੇ ਵੰਡੋ। ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ ਬਹੁਤ ਹੀ ਖਾਸ ਪ੍ਰੋਗਰਾਮ ਖਾਲਸ ਖਾਣਾ ਦੇ ਵਿੱਚ। ਮੈਂ ਤੁਹਾਡੇ ਸਭ ਨਾਲ ਹਰਸ਼ਰਨ ਕੌਰ ਤੇ ਸਾਡੇ ਪ੍ਰੋਗਰਾਮ ਦੇ ਖਾਸ ਮਹਿਮਾਨ ਡਾਕਟਰ ਹਰਸ਼ਿੰਦਰ ਕੌਰ ਵੀ ਸਾਡੇ ਨਾਲ ਜੁੜ ਚੁੱਕੇ ਨੇ ਤੇ ਅੱਜ ਅਸੀਂ ਇੱਕ ਬਹੁਤ ਹੀ ਅਹਿਮ ਵਿਸ਼ੇ ਤੇ ਗੱਲਬਾਤ ਕਰਨ ਜਾ ਰਹੇ ਹਾਂ ਜਿਹੜਾ ਕਿ ਖਾਸ ਤੌਰ ਤੇ ਔਰਤਾਂ ਦੇ ਨਾਲ ਜੁੜਿਆ ਹੋਇਆ। ਸੋ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਹੈ ਕਿ ਔਰਤਾਂ ਨੂੰ ਜਿਹੜਾ ਇੱਕ ਕੁਦਰਤੀ ਇੱਕ ਬਦਲਾਅ ਆਉਂਦਾ ਹੈ ਔਰਤਾਂ ਦੇ ਸਰੀਰ ਦੇ ਵਿੱਚ, ਹਰ ਮਹੀਨੇ ਮਾਹਵਾਰੀ ਆਉਂਦੀ ਹੈ ਜਿਸਨੂੰ ਮੈਂਸਟ੍ਰੇਸ਼ਨ ਵੀ ਕਿਹਾ ਜਾਂਦਾ ਹੈ, ਤੇ ਜਦੋਂ ਉਹ ਔਰਤ ਦੀ ਜ਼ਿੰਦਗੀ ਦੇ ਵਿੱਚ ਬੰਦ ਹੋ ਜਾਂਦੀ ਹੈ 45 to 50 years ਜਾਂ ਉਸ ਤੋਂ ਵੀ ਵੱਧ ਉਮਰ ਦੇ ਵਿੱਚ, ਉਸ ਤੋਂ ਬਾਅਦ ਕੀ ਸਮੱਸਿਆਵਾਂ ਆਉਂਦੀਆਂ ਨੇ ਸਰੀਰ ਦੇ ਵਿੱਚ, ਉਹਨਾਂ 'ਤੇ ਆਪਾਂ ਗੱਲ ਕਰਾਂਗੇ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਸਵਾਗਤ ਕਰ ਲੈਂਦੇ ਹਾਂ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਖਾਲਸ ਟੀਵੀ 'ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸ਼ਰਨ ਜੀ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਬੜਾ ਨਾਜ਼ੁਕ ਵਿਸ਼ਾ ਅੱਜ ਛੋਇਆ, ਖਾਸ ਤੌਰ ਤੇ ਖੁਰਾਕ ਦੇ ਵਿੱਚ, ਉਹ ਵੀ ਖਾਲਸ ਖਾਣਾ ਦੇ ਵਿੱਚ ਜਿਸ ਤਰੀਕੇ ਦੀ ਅਸੀਂ ਅੱਜ ਗੱਲ ਕਰਨੀ ਹੈ ਉਹਦੇ ਵਿੱਚ ਸ਼ਾਇਦ ਬਹੁਤ ਕੁਛ ਸਾਡੇ ਕਾਊਂਟਰ ਪਾਰਟਸ ਯਾਨੀ ਕਹਿ ਦਈਏ ਕਿ ਸਾਡੇ ਵੀਰਾਂ ਲਈ ਵੀ ਜਾਂ ਸਾਡੇ ਵੱਡਿਆਂ ਲਈ ਵੀ ਜਿਹੜੇ 50 ਟੱਪ ਵੀ ਚੁੱਕੇ ਨੇ ਜਿੱਥੇ ਜਾ ਕੇ ਔਰਤਾਂ ਤੇ ਮਰਦ ਦੀ ਖੁਰਾਕ ਤੇ ਕਿਹੜੀ ਕਸਰਤ ਉਹ ਉਹਨਾਂ ਤੇ ਉਹਨੂੰ ਫਾਇਦਾ ਦੇ ਸਕਦੀ ਹੈ, ਲੰਮੀ ਉਮਰ ਦੇ ਸਕਦੀ ਹੈ ਤੇ ਕਿਸ ਤਰੀਕੇ ਪਹਿਲਾਂ ਤੋਂ ਹੀ ਧਿਆਨ ਰੱਖੀਏ, ਉਹ ਸਾਰੇ ਬਾਰੇ ਗੱਲਬਾਤ ਕਰਾਂਗੇ। ਉਸ ਤੋਂ ਪਹਿਲਾਂ ਜ਼ਰੂਰ ਮੈਂ ਸਾਂਝੀ ਕਰਦਿਆਂ ਸਾਰੇ ਹੀ ਸਰੋਤਿਆਂ ਨਾਲ ਇੱਕ ਗੱਲ ਕਿ ਜਿਸ ਤਰੀਕੇ ਦੀ ਸਾਡੀ ਸ਼ਰਨ ਬੱਚੀ ਜ਼ਿੰਮੇਵਾਰੀ ਨਾਲ ਸਾਰਿਆਂ ਨੂੰ ਜਾਣਕਾਰੀ ਵੀ ਦਿੰਦੀ ਹੈ, ਸਾਰਿਆਂ ਨੂੰ ਮੌਜੂਦਾ ਹਾਲਾਤ ਤੋਂ ਜਾਣੂ ਕਰਵਾਉਂਦੀ ਰਹਿੰਦੀ ਹੈ, ਜਿਸ ਤਰੀਕੇ ਖੇੜੇ ਵੰਡਦੀ ਰਹਿੰਦੀ ਹੈ, ਜਿਸ ਤਰੀਕੇ ਹਮੇਸ਼ਾ ਹੀ ਹੱਸੂ ਹੱਸੂ ਕਰਦਾ ਇਹ ਚਿਹਰਾ, ਇਹਦੇ ਪਿੱਛੇ ਕਿੰਨੀ ਕੁ ਪੀੜ ਹੈ, ਕਿੰਨੀ ਕੁ ਦਰਦ ਹੈ, ਸ਼ਾਇਦ ਨਾ ਸਰੋਤਿਆਂ ਤੱਕ ਉਹ ਪਹੁੰਚ ਸਕੇ। ਮੈਂ ਜ਼ਰੂਰ ਸਾਂਝਾ ਕਰਨਾ ਚਾਹੁੰਦੀ ਹਾਂ ਕਿ ਜਿਸ ਜਜ਼ਬਾਤਾਂ ਨੂੰ ਰੋਕ ਕੇ ਅੱਜ ਦਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਉਹਦੇ ਵਿੱਚ ਸਾਡੀ ਇੱਕ ਬੋੜ ਵਰਗੀ ਛਾਂ, ਸਾਡਾ ਪਿਓ ਜਦੋਂ ਕਿਸੇ ਕੋਲੋਂ ਉਹ ਵਿਛੜ ਜਾਵੇ, ਜੋ ਕਿ ਇਸ ਵੇਲੇ ਬਹੁਤ ਦੁੱਖ ਦਾ ਸਮਾਂ ਹੈ ਸਾਡੀ ਹਰ ਸ਼ਰਨ ਲਈ, ਤੇ ਮੈਨੂੰ ਪਤਾ ਹੈ ਦੁਨੀਆ ਦੇ ਹਰ ਕੋਨੇ ਵਿੱਚ ਜਿੱਥੇ ਕਿਤੇ ਵੀ ਕੋਈ ਸੁਣ ਰਿਹਾ ਹੋਏਗਾ ਉਹ ਜ਼ਰੂਰ ਇਸ ਦੁੱਖ ਵਿੱਚ ਤੁਹਾਡੇ ਨਾਲ ਇਹੋ ਜਿਹੇ ਔਖੇ ਸਮੇਂ ਵਿੱਚ ਸ਼ਾਮਲ ਹੋਏਗਾ, ਅਰਦਾਸਾਂ ਦੇ ਵਿੱਚ ਦੁਆਵਾਂ ਦੇ ਵਿੱਚ ਵੀ ਤੁਹਾਨੂੰ ਯਾਦ ਕਰਨਗੇ, ਕਿਉਂਕਿ ਅੱਜ ਸਾਡੀ ਹਰ ਸ਼ਰਨ ਬਹੁਤ ਪਿਆਰੀ ਹਰ ਸ਼ਰਨ ਦੇ ਸਿਰੋਂ ਪਿਓ ਦਾ ਉਹ ਪਰਛਾਵਾਂ ਨਹੀਂ ਰਿਹਾ, ਉਹ ਨਿੱਘੀ ਛਾਂ ਨਹੀਂ ਰਹੀ। ਪਰ ਮੈਨੂੰ ਲੱਗਦਾ ਹੈ ਕਿ ਦੁਨੀਆ ਦੇ ਹਰ ਕੋਨੇ ਵਿੱਚ ਜਿਹੜਾ ਵੀ ਕੋਈ ਉਸ ਉਮਰ ਦਾ ਹੋਏਗਾ ਉਹਦੇ ਲਈ ਹਰ ਸ਼ਰਨ ਬੇਟੀ ਦੇ ਸਿਰ ਤੇ ਇਸੇ ਤਰ੍ਹਾਂ ਹੀ ਹੱਥ ਹਮੇਸ਼ਾ ਰਹੇਗਾ, ਤੇ ਸਾਡੀਆਂ ਦੁਆਵਾਂ ਤੁਹਾਡੇ ਨਾਲ ਰਹਿਣਗੀਆਂ, ਹਮੇਸ਼ਾ ਹੀ ਨਾਲ ਆ ਤੁਹਾਡੇ ਇਹੋ ਜਿਹੇ ਸ਼ੁਭ ਸਮੇਂ। ਬਹੁਤ ਬਹੁਤ ਧੰਨਵਾਦ ਮੈਮ, ਕਿਉਂਕਿ ਬਹੁਤ ਹੌਸਲਾ ਦੇਣ ਵਾਲੇ ਹੁੰਦੇ ਨੇ ਸ਼ਬਦ, ਤੁਸੀਂ ਸਾਰਾ ਕੁਛ ਕਹਿ ਹੀ ਦਿੱਤਾ ਹੈ। ਅਕਾਲ ਪੁਰਖ ਤੋਂ ਬਾਅਦ ਇੱਕ ਮਾਂ ਪਿਓ ਹੁੰਦੇ ਨੇ ਜਿਹੜੇ ਸਭ ਤੋਂ ਵੱਡਾ ਸਹਾਰਾ ਹੁੰਦੇ ਨੇ, ਤੇ ਉਹ ਜਦੋਂ ਵਿਛੜ ਜੇ ਤੇ ਫਿਰ ਭਾਣਾ ਮੰਨਣਾ ਔਖਾ ਬਹੁਤ ਹੁੰਦਾ, ਪਰ ਤੁਹਾਡੇ ਸਭ ਦੇ ਸਾਥ ਨਾਲ ਸ਼ਾਇਦ ਇਹ ਸਮਾਂ ਵੀ ਲੰਘ ਜੂਗਾ। ਬਹੁਤ ਧੰਨਵਾਦ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਮੈਮ, ਤੇ
ਸਵਾਲ ਨਹੀਂ ਇਸ ਵਕਤ ਮਨ ਦੇ ਵਿੱਚ ਆ ਰਿਹਾ, ਸੋ ਤੁਸੀਂ ਹੀ ਸ਼ੁਰੂਆਤ ਕਰੋ, ਕੀ ਜੀ ਜਾਣਕਾਰੀ ਆਪਾਂ ਬਿਲਕੁਲ ਲੈ ਸਕਦੇ ਮੈਂ ਹਾਂ? ਦੱਸਣਾ ਚਾਹੁੰਦੀ ਹਾਂ, ਕਿਉਂਕਿ ਸਰੀਰਕ ਤਬਦੀਲੀਆਂ ਬਹੁਤ ਜ਼ਿਆਦਾ ਹੁੰਦੀਆਂ ਨੇ, ਹਾਲਾਂਕਿ ਸਾਨੂੰ ਮਹਿਸੂਸ ਨਹੀਂ ਹੁੰਦਾ ਭਾਵੇਂ, ਪਰ 30 ਵਰੇ ਦੀ ਉਮਰ ਤੋਂ ਹੀ ਅਸਲ 'ਚ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਨਿਭਾਉਣ ਦਾ ਸਮਾਂ ਸ਼ੁਰੂ ਹੋ ਜਾਂਦਾ ਸਰੀਰ ਦੇ ਅੰਦਰ ਟੁੱਟ ਫੁੱਟ, ਤੇ ਜਿਸ ਤਰੀਕੇ ਦੇ ਅੰਗਾਂ ਦਾ ਕੰਮਕਾਰ ਹੌਲੀ ਹੌਲੀ ਘਟਣੇ ਸ਼ੁਰੂ ਹੁੰਦੇ ਨੇ, ਤੇ ਫਿਰ ਉਹ ਅਸੀਂ ਔਸਤਨ ਉਮਰ ਜਿਸਨੂੰ ਅਸੀਂ ਗਿਣਦੇ ਹਾਂ ਕਿ 60 ਤੋਂ 65 ਔਸਤਨ ਉਮਰ ਜੋ ਗਿਣੀ ਜਾਂਦੀ ਹੈ, ਕਿ ਉਦੋਂ ਤੋਂ ਲੈ ਕੇ ਬਾਅਦ ਵਿੱਚ ਕਿਵੇਂ ਹੌਲੀ ਹੌਲੀ ਸਰੀਰ ਹੇਠਾਂ ਨੂੰ ਜਾਂਦਾ ਹੈ ਤੇ ਕਿਵੇਂ ਫਿਰ ਅਖੀਰ ਸਵਾਸ ਤਿਆਗ ਦਿੱਤੇ ਜਾਂਦੇ ਨੇ, ਸੋ ਉਹਦੇ ਵਿੱਚ ਬਹੁਤ ਕੁਛ ਅਹਿਮ ਖੁਰਾਕ ਦਾ ਰੋਲ ਹੁੰਦਾ, ਜਿਸ ਦੇ ਵਿੱਚ ਅਸੀਂ ਜੇ 30 ਵਰਿਆਂ ਦੀ ਉਮਰ ਤੋਂ ਹੀ ਆਪਣੀ ਕਸਰਤ ਆਪਣੀ ਖੁਰਾਕ ਸਭ ਕੁਛ ਠੀਕ ਰੱਖੀਏ ਜੀ, ਤਾਂ ਕਾਫੀ ਅਸੀਂ ਇਸ ਤੋਂ ਲੰਬੀ ਉਮਰ ਭੋਗ ਸਕਦੇ ਹਾਂ। ਯਾਨੀ ਕਹਿਣ ਦਾ ਭਾਵ ਹੈ ਕਿ ਅਸੀਂ ਦੇਖੇ ਨੇ ਬੰਦੇ ਜੋ 100 ਵਰਿਆਂ ਤੱਕ ਵੀ ਦੌੜਦੇ ਤੁਰਦੇ ਫਿਰਦੇ ਚੁਫੇਰੇ ਦਿਖ ਜਾਂਦੇ ਨੇ, ਤੇ ਪ੍ਰੋਗਰਾਮ ਤੋਂ ਜਸਟ 5 ਕੁ ਮਿੰਟ ਪਹਿਲਾਂ ਹੀ ਕਿਸੇ ਸੱਜਣ ਦਾ ਫੋਨ ਆਇਆ ਸੀ ਕਿ ਮੇਰੀ ਉਮਰ ਹੁਣ 60 ਵਰੇ ਹੋ ਗਈ ਤੇ ਹੁਣ ਤਾਂ ਬਸ ਅੰਤ ਹੀ ਹੋ ਗਿਆ, ਤੇ ਮੈਂ ਉਹਨਾਂ ਨੂੰ ਪੁੱਛ ਹੀ ਰਹੀ ਸਾਂ ਕਿ ਕਿੰਨੀ ਕੁ ਤੁਸੀਂ ਕਸਰਤ ਕਰਦੇ ਹੋ, ਤੇ ਉਹ ਹੱਸ ਕੇ ਕਹਿਣ ਲੱਗੇ ਅਸੀਂ ਤੇ ਖਾਲਸ ਖਾਣਾ ਹੀ ਬਸ ਸੁਣ ਚੜਦੇ ਹਾਂ, ਕਸਰਤ ਦਾ ਤਾਂ ਕੀ ਕਰਨਾ ਹੁਣ ਇਸ ਉਮਰ 'ਚ, ਹੁਣ ਤਾਂ ਜਾਣ ਦੀ ਤਿਆਰੀ ਹੈ। ਸੋ ਲੱਗਿਆ ਕਿ ਇਹ ਸ਼ਾਇਦ ਕਿਸੇ ਨੂੰ ਨਹੀਂ ਪਤਾ, ਆਪਾਂ ਸਾਰੀ ਉਹ ਡਿਟੇਲ ਦੱਸ ਦਈਏ, ਸੋ ਉਸੇ ਕਾਰਨ ਕੁਛ ਪਹਿਲਾਂ ਖੁਰਾਕ ਤੇ ਹੀ ਸ਼ੁਰੂ ਕਰਦੇ ਹਾਂ ਖਾਲਸ ਖਾਣਾ ਦੇ ਵਿੱਚ ਜੀ ਜੀ। ਉਸ ਉਮਰ ਵਿੱਚ ਕਿਹੜੀ ਖੁਰਾਕ ਖਾਧੀ ਜਾਵੇ, ਕਿਹੜੀ ਨਾ ਖਾਧੀ ਜਾਵੇ, ਤੇ ਕਿੰਨੀ ਖਾਧੀ ਜਾਵੇ, ਤੇ ਉਸੇ ਤਰ੍ਹਾਂ ਕਿਹੜੀਆਂ ਕਸਰਤਾਂ, ਕਿਉਂਕਿ ਇਹ ਨਹੀਂ ਵੀ ਤੁਸੀਂ ਅਜੇ ਤੱਕ ਕਦੇ ਵੀ ਨਹੀਂ ਦੌੜੇ ਤੇ 60 ਵਰਿਆਂ ਤੇ ਸਿੱਧਾ ਹੀ ਦੌੜਨਾ ਸ਼ੁਰੂ ਕਰ ਦਿਓ ਤੇ ਕੱਲ ਨੂੰ ਜੋੜ ਨੂੰ ਤੋੜ ਕੇ ਬਹਿ ਜਾਓ, ਜਾਂ ਇਕਦਮ ਤੁਸੀਂ 50 ਕਿਲੋ ਭਾਰ ਚੁੱਕ ਲਿਆ, ਉਹ ਇਹੋ ਜਿਹਾ ਕੰਮ ਨਹੀਂ ਕਰਨਾ ਹੁੰਦਾ ਸਹਿਜ ਰੂਪ ਵਿੱਚ। ਤਾਂ ਹੀ ਮੈਂ 30 ਵਰੇ ਦੀ ਗੱਲ ਕੀਤੀ ਸੀ ਜੀ, ਕਿ ਉਦੋਂ ਤੋਂ ਹੀ ਰੋਜ਼ਾਨਾ ਕਸਰਤ ਦਾ ਜੇ ਰੂਟੀਨ ਬਣਿਆ ਹੋਵੇ ਤਾਂ ਸਰੀਰ ਲੰਮੇ ਸਮੇਂ ਤੱਕ ਤੰਦਰੁਸਤ ਰਹਿੰਦਾ, ਰੈਗੂਲਰ ਬਲੱਡ ਪ੍ਰੈਸ਼ਰ ਦਾ ਚੈੱਕਅਪ ਹੁੰਦੀ ਰਹੇ, ਰੈਗੂਲਰ ਤੁਹਾਡੇ ਸ਼ੂਗਰ ਦੀ ਚੈੱਕਅਪ ਹੁੰਦੀ ਰਹੇ, ਵੱਖੋ ਵੱਖਰੇ ਅੰਗਾਂ ਦਾ ਕੰਮ ਕਾਰ ਚੈੱਕ ਕਰਦੇ ਰਹੋ, ਤਾਂ ਠੀਕ ਰੱਖਿਆ ਜਾ ਸਕਦਾ ਲੰਮੇ ਸਮੇਂ ਤੱਕ। ਪਰ ਪਹਿਲਾਂ ਗੱਲ ਕਰੀਏ ਖੁਰਾਕ ਦੀ ਜੀ। ਬਿਲਕੁਲ ਡਾਕਟਰ ਸਾਹਿਬ, ਬੜੀ ਬੜੀ ਜ਼ਰੂਰੀ ਹੈ ਜਿਹਦੇ ਲਈ ਦਰਸ਼ਕ ਬੇਸਬਰੀ ਨਾਲ ਉਡੀਕ ਵੀ ਕਰਦੇ ਨੇ ਜੀ। ਬਿਲਕੁਲ, ਸੋ ਸਭ ਤੋਂ ਪਹਿਲਾਂ ਮੈਂ ਫਲਾਂ ਦੀ ਗੱਲ ਹੀ ਕਰਾਂਗੀ ਕਿ ਕਦੇ ਵੀ ਕੋਈ ਵੀ ਦਿਨ ਨਹੀਂ ਟੱਪਣਾ ਚਾਹੀਦਾ ਜਿਸ ਦਿਨ ਘੱਟੋ ਘੱਟ 2 ਵਾਰ ਫਲ ਨਾ ਖਾਧੇ ਹੋਣ। ਗੱਲ ਪਹੁੰਚਦੀ ਹੈ ਕਿਹੜੇ ਫਲ। ਬਿਲਕੁਲ ਹਾਂ, ਆਮ ਤੌਰ ਤੇ ਜਿਹੜੇ ਚੰਗੇ ਇਸ ਉਮਰ ਵਿੱਚ ਹੁੰਦੇ ਨੇ ਉਹਨਾਂ ਵਿੱਚ ਅਸੀਂ ਉਹ ਫਰੂਟਸ ਕਹਿੰਦੇ ਹਾਂ ਜਿਹੜੇ ਸਿਟਰਸ ਫਰੂਟਸ ਜਿਹਨਾਂ ਨੂੰ ਕਹਿੰਦੇ, ਯਾਨੀ ਤੁਸੀਂ ਸੰਤਰਾ ਮਾਲਟਾ ਇਹ ਬਹੁਤ ਚੰਗੇ ਨੇ, ਰਸੀਲੇ ਜਿਹੜੇ ਫਾੜੇ ਚਾਹੀਦੇ ਨੇ ਹਾਂਜੀ ਜੀ। ਤੇ ਚਕੋਦਰਾ ਬਾ ਕਮਾਲ ਏ ਇਸ ਉਮਰ ਦੇ ਵਿੱਚ ਜੇ ਖਾਧਾ ਜਾਵੇ। ਚਕੋਦਰਾ ਤਾਂ ਖੈਰ ਕਿਸੇ ਹੀ ਉਮਰ ਵਿੱਚ ਬਹੁਤ ਕਮਾਲ ਹੁੰਦਾ ਜੇ, ਪਰ ਮੈਨੂੰ ਮੈਨੂੰ ਖੁਦ ਨੂੰ ਨਹੀਂ ਪਤਾ ਚਕੋਦਰਾ ਕੀ ਹੁੰਦਾ। ਤੁਸੀਂ ਗਰੇਪ ਫਰੂਟ ਸ਼ਾਇਦ ਲੋਕ ਪੜ ਲੈਣਗੇ, ਤੁਸੀਂ ਜੇ ਗਰੇਪ ਫਰੂਟ ਨੂੰ ਲੱਭ ਲੈਣ ਤੇ ਉਹ ਤੁਹਾਨੂੰ ਮਿਲ ਜਾਏਗਾ। ਸੋ ਇਹ ਥੋੜਾ ਜਿਹਾ ਕੁੜੱਤਨ ਵਿੱਚ ਹੋ ਜਾਂਦਾ ਜੇ ਥੋੜੀ ਦੇਰ ਪਿਆ ਰਹਿ ਜਾਵੇ। ਇੱਥੋਂ ਇਹਦੇ ਚ ਸਾਬਤ ਹੋਇਆ ਪਿਆ ਕਿ ਈਵਨ ਜਿਹੜੇ ਯੂਟਰਾਈਨ ਬਲੈਡਰ ਦੇ ਕੈਂਸਰ ਜਾਂ ਜਿਨ੍ਹਾਂ ਨੂੰ ਦੁੱਧ ਦਾ ਕੈਂਸਰ ਹੋਵੇ ਉਹਨਾਂ ਲਈ ਵੀ ਬਿਹਤਰੀਨ ਇਹ ਟੋਨਿਕ ਹੈ। ਤੇ ਪਰ ਜੇ ਅਸੀਂ ਔਰਤਾਂ ਦੀ ਗੱਲ ਕਰਦੇ ਹਾਂ ਤਾਂ ਜਿਹੜੇ ਪੋਸਟ ਮੀਨੋਪੋਜ਼ਲ ਸਿੰਪਟਮਸ ਹੋਣ ਲੱਗ ਜਾਂਦੇ ਨੇ, ਕਈ ਵਾਰ ਪਸੀਨਾ ਆ ਗਿਆ, ਧੜਕਣ ਵੱਧ ਜਾਣੀ, ਘਬਰਾਹਟ ਹੋ ਜਾਣੀ, ਉਹ ਇਸ ਤਰੀਕੇ ਦੇ ਜਿਹੜੀ ਜਾਂ ਨੀਂਦਰ ਠੀਕ ਆਉਣੀ, ਅਜੀਬ ਅਜੀਬ ਖਿਆਲ ਆਉਣ ਲੱਗ ਜਾਣੇ, ਉਸ ਤਰੀਕੇ ਨੂੰ ਵੀ ਕਾਫੀ ਫਾਇਦਾ ਦੇ ਦਿੰਦਾ। ਸੋ ਇਹ ਤਾਂ ਜ਼ਰੂਰ ਖਾਣਾ ਚਾਹੀਦਾ ਜੀ ਜੀ। ਸਟ੍ਰਾਬੇਰੀਜ਼ ਬਹੁਤ ਵਧੀਆ ਨੇ ਜੇ ਰੋਜ਼ ਦੀਆਂ, ਜਾਂ ਤੁਸੀਂ ਹਫ਼ਤੇ 'ਚ 2 ਦਿਨ, ਤੁਸੀਂ ਭਾਵੇਂ 3 ਦਿਨ, ਹਾਂਜੀ 2 ਤੋਂ 3 ਸਟ੍ਰਾਬੇਰੀਜ਼ ਜ਼ਰੂਰ ਖਾਂਦੇ ਰਹੋ, ਠੀਕ ਹੈ। ਇਸੇ ਤਰ੍ਹਾਂ ਕੇਲਾ, ਉਹ ਨੰਬਰ 1 ਖੁਰਾਕ ਜੇ ਜੇ ਤੁਸੀਂ ਜੰਮਦੇ ਬੱਚੇ ਤੋਂ ਲੈ ਕੇ 100 ਵਰੇ ਤੱਕ, ਕੇਲੇ ਦਾ ਤਾਂ ਅਸੀਂ ਮੁਕਾਬਲਾ ਕਰ ਹੀ ਨਹੀਂ ਸਕਦੇ। ਸ਼ੁਕਰ ਹੈ ਕਿ ਉਹਦੇ ਤੇ ਟਣਾ ਦੇ ਹਿਸਾਬ ਨਾਲ ਜਿਸ ਤਰੀਕੇ ਅਸੀਂ ਛਿੜਕਾ ਕਰਦੇ ਹਾਂ, ਹਰ ਫਲ ਦੇ ਅੰਦਰ ਜ਼ਹਿਰ ਅਸੀਂ ਭਰ ਛੱਡਿਆ, ਪਰ ਅਜੇ ਤੱਕ ਕੇਲੇ ਦੇ ਅੰਦਰ ਵੜ ਨਹੀਂ ਸਕਿਆ, ਉਹਦੀ ਚਿੱਲੜ ਮੋਟੀ ਰੱਬ ਨੇ ਰੱਖੀ ਹੈ। ਬਿਲਕੁਲ, ਉਹਦੇ ਨਾਲ ਘਬਰਾਹਟ ਠੀਕ ਹੋ ਜਾਂਦੀ ਹੈ ਇਸ ਉਮਰ 'ਚ ਹੁੰਦੀ, ਕਈ ਵਾਰ ਭੈ ਹੁੰਦਾ ਮੌਤ ਦਾ ਜੀ, ਜਾਂ ਹਨੇਰੇ ਦਾ, ਜਾਂ ਤੁਹਾਨੂੰ
ਕਿਤੇ ਡਿੱਗ ਜਾਣ ਦਾ ਜਾਂ ਇਕੱਲੇ ਰਹਿ ਗਏ ਹੋਵੋ ਤਾਂ ਇਹੋ ਜਿਹੇ ਬਹੁਤ ਕੁਛ ਨੇ ਜਿਨ੍ਹਾਂ ਲਈ ਇਹ ਤੁਹਾਡੀ ਉਹ ਘਬਰਾਹਟ ਢਹਿੰਦੀ ਕਲਾ ਬਹੁਤ ਚੰਗੇ ਤਗੜੇ ਤਰੀਕੇ ਨਾਲ ਕੰਟਰੋਲ ਕਰ ਲੈਂਦਾ ਤੁਹਾਡਾ ਮੂਡ ਵਧੀਆ ਕਰ ਲੈਂਦਾ ਇਹਦੇ ਵਿੱਚ ਕੁਦਰਤੀ ਅਜਿਹੇ ਰਸ ਨੇ ਬਹੁਤ ਚੰਗੀ ਨੀਂਦਰ ਇਹਦੇ ਨਾਲ ਆ ਸਕਦੀ ਹੈ ਸੋ ਕੇਲਾ ਬਹੁਤ ਜ਼ਰੂਰੀ ਜੇ ਖਾਣਾ ਚਾਹੀਦਾ ਹਾਂ ਫਿਰ ਆਈਏ ਅਸੀਂ ਥੋੜੀਆਂ ਜਿਹੀਆਂ ਸਬਜ਼ੀਆਂ ਤੇ ਹਰੀਆਂ ਸਬਜ਼ੀਆਂ ਕਮਾਲ ਕਰ ਸਕਦੀਆਂ ਨੇ ਜੀ ਡਾਕਟਰ ਜਿਨ੍ਹਾਂ ਵਿੱਚ ਤੁਸੀਂ ਜਿਹੜੀਆਂ ਖਾਸ ਤੌਰ ਤੇ ਯਾਨੀ ਹਰ ਤਰ੍ਹਾਂ ਦੀ ਜਿਵੇਂ ਮੈਂ ਕਿਹਾ ਵੀ ਤੁਸੀਂ ਹਰੀ ਸਬਜ਼ੀ ਪਾਲਕ ਲਓ ਤੁਸੀਂ ਸਾਗ ਲਓ ਤੁਸੀਂ ਮੇਥੀ ਲਓ ਇਹ ਸਭ ਕੁਛ ਬਹੁਤ ਵਧੀਆ ਜੇ ਪਰ ਬਰੋਕਲੀ ਜਿਹੜੀ ਹੈ ਉਹਦੇ ਪਹਿਲਾਂ ਨਹੀਂ ਸੀ ਇੰਨੇ ਕੁਛ ਲੱਭਿਆ ਪਰ ਬਰੋਕਲੀ ਵਿੱਚ ਹੁਣ ਕਾਫੀ ਇਹੋ ਜਿਹੇ ਅੰਸ਼ ਲੱਭੇ ਨੇ ਜਿਹੜੀ ਵਧਦੀ ਉਮਰ ਦੇ ਨਾਲ ਜੋ ਹਾਰਮੋਨਲ ਚੇਂਜਸ ਵਿੱਚ ਕਾਫੀ ਫਾਇਦਾ ਦਿੰਦੇ ਨੇ ਠੀਕ ਹੈ ਪੱਤ ਗੋਭੀ ਬਹੁਤ ਵਧੀਆ ਜੇ ਗੰਢ ਗੋਭੀ ਅਸੀਂ ਗਾਇਬ ਕਰ ਦਿੱਤੀ ਜੇ ਹੁਣ ਲਗਭਗ ਪਰ ਉਹ ਬਹੁਤ ਚੰਗੀ ਜੇ ਟਮਾਟਰ ਬੜੇ ਕਮਾਲ ਦੇ ਨੇ ਲਾਈਕੋਪੀਨ ਉਹਦੇ ਚ ਪਹੁੰਚੇਗੀ ਤੁਹਾਡੇ ਦਿਲ ਵਾਸਤੇ ਬਿਹਤਰੀਨ ਹੈ ਜੀ ਕਿੰਨੀ ਖੁਰਾਕ ਕਿੰਨੇ ਆਪਾਂ ਬਾਅਦ ਚ ਗੱਲ ਕਰਦੇ ਹਾਂ ਜੇ ਸਿਰਫ ਚੀਜ਼ਾਂ ਗਿਣਾ ਦਈਏ ਕਿਉਂਕਿ ਬਹੁਤਾ ਲੰਮਾ ਪ੍ਰੋਗਰਾਮ ਫਿਰ ਕਈ ਵਾਰ ਉੱਕ ਜਾ ਜਾਂਦਾ ਬਿਲਕੁਲ ਇਸੇ ਤਰ੍ਹਾਂ ਰੰਗ ਬਿਰੰਗੀਆਂ ਸ਼ਿਮਲਾ ਮਿਰਚਾਂ ਜੋ ਅੱਜ ਕੱਲ ਪਹੁੰਚੀਆਂ ਨੇ ਉਹ ਵੀ ਚੰਗੀਆਂ ਨੇ ਯਾਨੀ ਹਰੀ ਵਾਲੀ ਤਾਂ ਲੈਣੀ ਲੈਣੀ ਹੈ ਜੇ ਤੁਹਾਨੂੰ ਪੀਲੀ ਜਾਂ ਲਾਲ ਵੀ ਮਿਲ ਜਾਏ ਕਦੇ ਕਦਾਈ ਜ਼ਰੂਰ ਲੈ ਲੈਣੀ ਚਾਹੀਦੀ ਹੈ ਠੀਕ ਹੈ ਇਮਲੀ ਕਮਾਲ ਜੇ ਤੁਹਾਡਾ ਹਾਜ਼ਮਾ ਵੀ ਕਰੇਗੀ ਯਾਨੀ ਹਰੇ ਧਨੀਏ ਦੀ ਜੇ ਤੁਸੀਂ ਚਟਨੀ ਬਣਾ ਰਹੇ ਹੋ ਤਾਂ ਵਿੱਚ ਇਮਲੀ ਜ਼ਰੂਰ ਲਿਆ ਕਰੋ ਤੇ ਇਹ ਜੇ ਤੁਸੀਂ ਰੋਜ਼ਾਨਾ ਦਾ ਹੀ ਅਮਲ ਬਣਾ ਲਓ ਕਿ ਚਟਨੀ ਲੈਣੀ ਲੈਣੀ ਹੈ ਇੱਕ ਵਾਰ ਬਣਾ ਲਈ ਤਿੰਨ ਦਿਨ ਵਰਤ ਲਈ ਬਹੁਤ ਕਮਾਲ ਜੇ ਕਾਫੀ ਤੁਹਾਨੂੰ ਮੂਡ ਚੰਗਾ ਕਰ ਦਿੰਦੀ ਹੈ ਤੇ ਤੁਹਾਡਾ ਹਾਜ਼ਮਾ ਠੀਕ ਰੱਖਦੀ ਜੇ ਫਿਰ ਕੋਸ਼ਿਸ਼ ਕਰੋ ਕਿ ਮੈਦੇ ਦਾ ਬਸ ਸਤਿ ਸ਼੍ਰੀ ਅਕਾਲ ਬੁਲਾ ਦਿਓ ਆਪਾਂ ਸਾਰੀ ਉਮਰ ਖਾ ਲਿਆ ਹੁਣ ਨਹੀਂ ਖਾਣਾ ਜੀ ਬਹੁਤ ਹੀ ਮਾੜਾ ਬਿਲਕੁਲ ਜਿੰਨਾ ਵੀ ਮਰਜ਼ੀ ਤੁਸੀਂ ਲੈ ਲਿਆ ਹੁਣ ਤਾਂ ਤੁਸੀਂ ਘਰ ਵਿੱਚ ਬੈਠ ਕੇ ਵੀ ਜੇ ਸਮੋਸੇ ਬਣਾਉਣੇ ਨੇ ਤਾਂ ਉਹ ਪਿਓਰ ਵੀਟ ਦੇ ਤੁਸੀਂ ਭਾਵੇਂ ਕਰ ਲਓ ਜਾਂ ਬਾਜਰੇ ਦੇ ਬਣਾ ਲਓ ਜਾਂ ਤੁਸੀਂ ਰਾਗੀ ਦੇ ਬਣਾ ਲਓ ਸੋ ਯਾਨੀ ਕਹਿਣ ਦਾ ਭਾਵ ਇਹ ਹੈ ਕਿ ਜਿਹੜਾ ਤੁਸੀਂ ਜੇ ਛਾਣ ਬੂਰੇ ਤੋਂ ਬਗੈਰ ਕੁਝ ਵੀ ਨਹੀਂ ਲੈਣਾ ਤੇ ਜਿਹਦੇ ਵਿੱਚ ਜ਼ਿਆਦਾ ਸਗੋਂ ਹੋਵੇ ਫਾਈਬਰ ਉਹ ਲੈਣਾ ਚਾਹੀਦਾ ਹੈ ਯਾਨੀ ਰਾਗੀ ਦਾ ਆਟਾ ਬਾਜਰੇ ਦਾ ਆਟਾ ਜਾਂ ਤੁਸੀਂ ਕਣਕ ਛਾਣ ਬੂਰੇ ਸਮੇਤ ਲੈ ਸਕਦੇ ਹੋ ਸੋਇਆਬੀਨ ਦਾ ਆਟਾ ਵੀ ਤੁਸੀਂ ਬਹੁਤ ਵਧੀਆ ਜੇ ਇਹਨੂੰ ਬਣਾ ਕੇ ਰੱਖ ਸਕਦੇ ਹੋ ਜੀ ਤੇ ਇੱਕ ਹਰੀਆਂ ਫਲੀਆਂ ਬੀਨਸ ਗ੍ਰੀਨ ਬੀਨਸ ਜਿਹਨੂੰ ਤਾਂ ਬਹੁਤ ਹੀ ਵਧੀਆ ਜੇ ਜ਼ਰੂਰ ਲਿਆ ਕਰੋ ਜਿਹੜੇ ਅਸੀਂ ਹੁਣ ਤੱਕ ਜਿੰਨੀਆਂ ਕੁ ਗੱਲਾਂ ਕੀਤੀਆਂ ਉਹਨਾਂ ਵਿੱਚ ਸੋਇਆਬੀਨ ਦੇ ਵਿੱਚ ਜਿਵੇਂ ਮੈਂ ਬਹੁਤ ਜ਼ੋਰ ਪਾਇਆ ਉਹਨੂੰ ਖਾਣਾ ਤੁਸੀਂ ਹਫ਼ਤੇ ਦੇ ਵਿੱਚ ਕੋਸ਼ਿਸ਼ ਕਰੋ ਦੋ ਵਾਰ ਜ਼ਰੂਰ ਤੁਸੀਂ ਇਹ ਖਾਏ ਜਾਣ ਤੇ ਆਮ ਤੌਰ ਤੇ ਸੋਚਿਆ ਜਾਂਦਾ ਹੈ ਕਿ ਜੇ ਮਾਂ ਦੀ ਦਾਲ ਹੈ ਤੇ ਅਸੀਂ ਹੱਥ ਜੋੜ ਦਿੰਦੇ ਹਾਂ ਨਹੀਂ 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 ਇਹ ਤਾਂ ਬਿਲਕੁਲ ਵਾਈ ਹੈ ਤਾਂ ਫਲਾਣਾ ਦੱਸ ਦਿਨ ਦਾਲਾਂ ਦੀ ਮਹਾਰਾਣੀ ਗਿਣੀ ਜਾਂਦੀ ਜੇ ਇਸ 'ਚ ਬਹੁਤ ਫਾਇਦੇ ਨੇ ਜੀ ਸੋ ਤੁਸੀਂ ਜੋ ਵੀ ਆਪਣਾ ਦਿਨ ਰਾਤ ਦੇ ਆਪਣੇ ਜਿਸ ਵੀ ਹਿਸਾਬ ਨਾਲ ਕਰਨਾ ਜੇ ਕਰ ਲਓ ਪਰ ਇਹਨੂੰ ਖਾਣਾ ਜ਼ਰੂਰ ਤੁਸੀਂ ਹਫ਼ਤੇ ਵਿੱਚ ਇੱਕ ਵਾਰ ਜ਼ਰੂਰ ਖਾਣਾ ਬਿਲਕੁਲ ਕਈ ਪਰਿਵਾਰਾਂ ਦੇ ਵਿੱਚ ਤਾਂ ਹੁੰਦਾ ਹੀ ਹੈ ਕਿ ਮਾਵਾਂ ਨੇ ਜਿਹੜੀਆਂ ਹਫ਼ਤੇ 'ਚ ਇੱਕ ਵਾਰੀ ਜ਼ਰੂਰ ਬਣਾਉਂਦੀਆਂ ਬੱਚੇ ਬੜੇ ਨੱਕ ਬੁੱਲ ਟੇਰਦੇ ਨੇ ਇਸ ਸਬਜ਼ੀ ਨੂੰ ਪਰ ਤੁਸੀਂ ਦੱਸਿਆ ਕਿ ਫਾਇਦੇਮੰਦ ਬਹੁਤ ਹੈ ਸੋ ਡਾਕਟਰ ਸਾਹਿਬ ਇਹ ਤਾਂ ਫਲਾਂ ਸਬਜ਼ੀਆਂ ਦੀ ਗੱਲ ਹੋ ਗਈ ਹੋਰ ਵੀ ਕੋਈ ਸੁਝਾਅ ਤੁਸੀਂ ਖਾਣੇ ਨੂੰ ਲੈ ਕੇ ਬਿਲਕੁਲ ਮੈਂ ਦੁੱਧ ਦਹੀਂ ਪਨੀਰ ਮੱਖਣ ਜ਼ਰੂਰ ਕਿਉਂਕਿ ਜਿਹੜੇ ਦੁੱਧ ਦੇ ਬਣੇ ਪ੍ਰੋਡਕਟਸ ਨੇ ਉਹਨਾਂ ਵਿੱਚ ਹੁਣ ਮਲਾਈ ਵੀ ਆਪਾਂ ਨੂੰ ਲਗਭਗ ਬਹੁਤ ਨਾ ਬਰਾਬਰ ਹੀ ਲੈਣੀ ਪਏਗੀ ਯਾਨੀ ਅਸੀਂ ਜਿੰਨੀ ਵੀ ਸਾਰੀ ਉਮਰ ਖਾ ਲਈ ਠੀਕ ਹੈ ਤੁਸੀਂ ਹੁਣ ਲੋਅ ਫੈਟ ਵਾਲੇ ਅਸੀਂ ਪ੍ਰੋਡਕਟਸ ਅਸੀਂ ਐਡਵਾਈਜ਼ ਕਰਦੇ ਹਾਂ ਇਦੋਂ ਕਿਉਂਕਿ ਗੱਲ ਇਹ ਹੁੰਦੀ ਹੈ ਕਿ ਅਸੀਂ ਕਹਿੰਦੇ ਹਾਂ ਕਿ ਘੱਟ ਖਾਧਾ ਜਾਏ ਜੀ ਪਰ ਜਿਹਦੇ 'ਚ ਤੁਸੀਂ ਹੁਣ ਤੱਕ ਦੀ ਜ਼ਿੰਦਗੀ 'ਚ ਜਿੰਨਾ ਵੀ ਖਾਂਦੇ ਰਹੇ ਇੱਕ ਵਾਰ ਤੁਸੀਂ 45 ਦੇ ਨੇੜੇ ਆਏ ਹੋ ਤਾਂ 200 ਕੈਲਰੀਆਂ ਪ੍ਰਤੀ ਦਿਨ ਦੀਆਂ ਘੱਟ ਸ਼ੁਰੂ ਕਰੋ ਜੀ ਸੋ ਉਹਦਾ ਮਤਲਬ ਇਹ ਕਿ ਤੁਸੀਂ ਜਿਵੇਂ ਇੱਕ ਕੇਲਾ ਖਾ ਲਿਆ ਤਾਂ ਤੁਹਾਡਾ ਕਾਫੀ ਕੈਲਰੀਜ਼ ਨਾਲ ਭਰਪੂਰ ਹੈ ਤੇ ਬੜਾ ਛੇਤੀ ਹਜ਼ਮ ਹੋਣ ਵਾਲਾ ਤੇ ਜਿਵੇਂ ਮੈਂ ਦੱਸਿਆ ਜ਼ਰੂਰੀ ਜੇ ਕੋਈ ਵੀ ਦਿਨ ਨਹੀਂ ਟੱਪਣਾ ਚਾਹੀਦਾ ਕੇਲੇ ਤੋਂ ਬਗੈਰ ਸੋ ਇਸੇ ਤਰ੍ਹਾਂ ਜੇ ਤੁਸੀਂ ਚਾਹ ਜਾਂ ਕੌਫੀ ਦੇ ਵਿੱਚ ਤੁਸੀਂ ਸ਼ੌਕ ਰੱਖਦੇ ਹੋ ਤਾਂ ਰਾਤ ਸੌਣ ਦੇ ਸਮੇਂ ਨਾ ਲਈ ਜਾਵੇ ਮੈਂ ਇੱਕ ਜੋ ਵੀ ਜਿਸ ਤਰੀਕੇ ਦੀਆਂ ਵੀ ਡਾਇਟਸ ਹੋਣ ਹਰਸ਼ਰਨ ਜੀ ਮੈਂ ਇੱਕ ਜ਼ਰੂਰ ਕਿਉਂਕਿ ਮੈਂ ਗੁਰਬਾਣੀ 'ਚ ਯਕੀਨ ਰੱਖਦੀ ਹਾਂ ਮੈਨੂੰ ਇੱਕ ਚੀਜ਼ ਜ਼ਰੂਰ ਸਮਝ ਆਈ ਹੈ ਜਿੰਨੇ ਕੁ ਮੇਰਾ ਆਪਣਾ ਕੈਰੀਅਰ ਵੀ 35 ਵਰੇ ਹੋ ਗਏ ਹੁਣ ਤਾਂ ਦੇਖਦੇ ਹਾਂ ਵੀ ਜੀ
ਮਰੀਜ਼ ਵੀ ਦੇਖਦੇ ਹਾਂ ਤਾਂ ਜਿੰਨੀ ਕੁ ਮੈਨੂੰ ਸਮਝ ਆ ਸਕੀ ਹੈ ਮੈਂ ਤਾਂ ਇਹੀ ਦੇਖਿਆ ਕਿ ਜ਼ਿੰਦਗੀ ਜੀ ਲੈਣੀ ਚਾਹੀਦੀ ਹੈ। ਬਹੁਤੀਆਂ ਰੋਕਾਂ ਜਦੋਂ ਲਾਉਂਦੇ ਹਾਂ ਨਾ ਤਾਂ ਸਾਨੂੰ ਮਹਿਸੂਸ ਹੁੰਦਾ ਖੋਰੇ ਸਾਡੇ ਤੁਰ ਜਾਣ ਦਾ ਹੀ ਸਮਾਂ ਆ ਗਿਆ। ਸੋ ਮੈਂ ਇਹੋ ਜਿਹੀ ਚੀਜ਼ ਦੀ ਕਦੇ ਕਦਾਈ ਦਿਲ ਕਰ ਰਿਹਾ, ਅੱਜ ਸਮੋਸਾ ਖਾ ਕੇ ਆਣਾ, ਕਦੇ ਕਦਾਈ ਦਿਲ ਕਰ ਰਿਹਾ ਅੱਜ ਜੀ ਮੈਂ ਭਟੂਰੇ ਖਾਣੇ, ਬਿਲਕੁਲ ਜ਼ਰੂਰ ਖਾਣੇ, ਕਿਉਂ ਨਹੀਂ ਖਾਣੇ, ਜ਼ਿੰਦਗੀ ਇਹੀ ਹੈ, ਮਰਨ ਤੋਂ ਬਾਅਦ ਨਹੀਂ ਖਾਣੇ। ਕਦੇ ਕਦਾਈ ਜੋ ਵੀ ਖਾਣਾ ਤੁਹਾਡਾ ਟਿੱਕੀ ਖਾਣ ਨੂੰ ਦਿਲ ਕੀਤਾ, ਕਚੌਰੀਆਂ ਖਾਣੀਆਂ ਯਾਨੀ ਅੱਜ ਗੁਲਾਬ ਜਾਮੁਨ ਖਾਣਾ ਤਾਂ ਖਾ ਲਓ, ਰੁਟੀਨ ਨਹੀਂ ਚਾਹੀਦਾ ਕਿ ਤੁਸੀਂ ਹਰ ਰੋਜ਼ ਖਾਣਾ ਤਾਂ ਇਹ ਚੀਜ਼ ਗੜਬੜ ਕਰੇਗੀ। ਸੋ ਮਹੀਨੇ ਵਿੱਚ ਤੁਸੀਂ, ਮੈਂ ਤਾਂ 3 ਵਾਰ ਤੱਕ ਵੀ ਕਹਿੰਦੀ ਹਾਂ ਵੀ ਜ਼ਰੂਰ ਆਪਣੀ ਮਰਜ਼ੀ ਦੀ ਚੀਜ਼ ਖਾਓ, ਕੁਛ ਨਹੀਂ ਹੁੰਦਾ। ਉਹਦੇ ਵਿੱਚ ਜਿਹੜੀਆਂ ਬਿਲਕੁਲ ਹੀ ਨਹੀਂ ਲੈਣੀਆਂ ਚੀਜ਼ਾਂ, ਹੁਣ ਉਹਨਾਂ ਤੇ ਆ ਜਾਈਏ ਕਿ ਤੁਸੀਂ ਕੋਲਡ ਡਰਿੰਕਸ ਕਦੇ ਵੀ ਨਹੀਂ ਲੈਣੀਆਂ। ਇਹਨੂੰ ਸ਼ੌਕੀਆ ਮਹੀਨੇ ਚ ਜੇ ਤੁਸੀਂ ਕਹਿਣਾ ਵੀ ਮੈਂ 2 ਘੁੱਟ ਲੈ ਲੈਣੇ, ਠੀਕ ਹੈ, ਪਰ ਇਹਨੂੰ ਹੁਣ ਬਸ ਕਰ ਦਿਓ, ਨਹੀਂ ਲੈਣੇ। ਐਨਰਜੀ ਡਰਿੰਕਸ ਬਿਲਕੁਲ ਨਹੀਂ ਲੈਣੇ, ਦਿਲ ਦੀ ਧੜਕਣ ਚ ਗੜਬੜੀ ਹੋ ਸਕਦੀ ਹੈ ਜੀ। ਇਸੇ ਤਰ੍ਹਾਂ ਫਲੇਵਰਡ ਪਾਣੀ ਅੱਜ ਕੱਲ ਬਾਜ਼ਾਰ ਵਿੱਚ ਭਰ ਗਏ ਨੇ ਜੋ ਕਿ ਬਿਲਕੁਲ ਗਲਤ ਕਹਿ ਰਹੇ ਨੇ। ਮੈਂ ਕਿਸੇ ਕੰਪਨੀ ਦੇ ਵਿਰੁੱਧ ਨਹੀਂ ਹਾਂ, ਪਰ ਮੈਡੀਕਲੀ ਉਹ ਠੀਕ ਨਹੀਂ ਹਨ, ਉਹ ਨਾ ਲਏ ਜਾਣ। ਇਸੇ ਤਰ੍ਹਾਂ ਕੌਫੀ ਜਾਂ ਚਾਹ, ਜਿਵੇਂ ਮੈਂ ਦੱਸਿਆ ਸ਼ੌਕ ਹੈ ਜੀ, ਤਾਂ ਤੁਸੀਂ 1-2 ਕੱਪ ਜ਼ਰੂਰ ਲੈ ਸਕਦੇ ਹੋ ਰੋਜ਼, ਪਰ ਉਹਦੇ ਵਿੱਚ ਮਿੱਠਾ ਬਿਲਕੁਲ ਵੀ ਨਹੀਂ ਪਾਉਣਾ। ਇਸੇ ਤਰ੍ਹਾਂ ਕੇਕ, ਪੇਸਟਰੀ, ਆਈਸਕ੍ਰੀਮਸ, ਟੌਫੀਆਂ, ਇਹ ਤੁਸੀਂ ਓਕੇਜ਼ਨਲ ਜਿਵੇਂ ਤੁਹਾਨੂੰ ਸ਼ੌਕ ਹੈ, ਤੁਸੀਂ ਜਿਵੇਂ ਮਹੀਨੇ ਚ ਕਹਿ ਲਓ 3 ਵਾਰ ਲੈ ਲਿਆ, ਪਰ ਇਸ ਤੋਂ ਵੱਧ ਬਿਲਕੁਲ ਨਹੀਂ। ਤੇ ਗੁੜ ਜੇ ਤੁਹਾਨੂੰ ਸ਼ੌਕ ਮਿੱਠੇ ਦਾ ਬਹੁਤ ਹੈ, ਤਾਂ ਖਾਸ ਤੌਰ ਤੇ ਜੇ ਤੁਹਾਨੂੰ ਸ਼ੂਗਰ ਨਹੀਂ ਹੈ ਤਾਂ ਛੋਟਾ ਜਿਹਾ ਟੋਟਾ ਗੁੜ ਦਾ ਖਾਣੇ ਤੋਂ ਬਾਅਦ ਜ਼ਰੂਰ ਖਾ ਲਿਆ ਕਰੋ। ਤੇ 2 ਚੀਜ਼ਾਂ ਨੂੰ ਤਾਂ ਝਾਕਣਾ ਵੀ ਨਹੀਂ ਕਦੇ ਗਲਤੀ ਨਾਲ ਵੀ, ਸ਼ਰਾਬ ਤੇ ਸਿਗਰਟ, ਇਹ ਤਾਂ ਹੁਣ 45 ਤੋਂ ਬਾਅਦ ਤੁਹਾਨੂੰ ਖਤਰਨਾਕ ਹੋ ਸਕਦੀ ਹੈ। ਇਸੇ ਤਰ੍ਹਾਂ ਪਾਨ ਮਸਾਲੇ ਜਿਹੜੇ ਖਾਣੇ ਉਹ ਠੀਕ ਨਹੀਂ ਹਨ। ਕਸਰਤ ਜੇ ਆਪਾਂ ਥੋੜਾ ਜਿਹਾ ਦੱਸ ਦਈਏ, 2-2 ਮਿੰਟ ਚ ਤਾਂ ਬਹੁਤ ਜ਼ਰੂਰੀ ਜੇ। ਬਿਲਕੁਲ, ਇਹ ਤਾਂ ਸਭ ਲਈ ਜ਼ਰੂਰੀ ਹੈ। ਸੋ ਕਸਰਤ ਇਸ ਉਮਰ ਵਿੱਚ ਹੁੰਦਾ ਜੇ 2 ਹੀ ਕਾਰਨ। ਪਹਿਲੀ ਚੀਜ਼ ਤੁਹਾਡੇ ਪੱਠਿਆਂ ਦੀ ਸਟਰੈਂਥ, ਜਿੰਨੇ ਤੁਹਾਡੇ ਹੱਥ ਦੀ ਘੁੱਟ ਕੇ ਜਦੋਂ ਤੁਸੀਂ ਕਿਸੇ ਨੂੰ ਮਿਲਾਉਂਦੇ ਹੋ, ਉਹ ਤੁਹਾਡੇ ਦਿਲ ਦੀ ਸਿਹਤ ਦੱਸਦਾ ਜੀ ਕਿ ਜੇ ਤੁਹਾਡਾ ਹੱਥ ਢਿੱਲਾ ਪੈ ਚੁੱਕਾ, ਹੱਥ ਦੇ ਪੱਠੇ ਕਮਜ਼ੋਰ ਹੋ ਚੁੱਕੇ ਨੇ, ਤੁਹਾਡਾ ਦਿਲ ਵੀ ਕਮਜ਼ੋਰ ਜੇ, ਫਿਰ ਉਮਰ ਥੋੜੀ ਹੈ। ਜੇ ਤੁਸੀਂ ਆਪਣੇ ਪੱਠੇ ਸਟਰੋਂਗ ਰੱਖ ਸਕਦੇ ਹੋ, ਮਸਲ, ਯਾਨੀ ਮੈਂ ਉੱਲੂ ਦੇ ਪੱਠੇ ਦੀ ਗੱਲ ਨਹੀਂ ਕਰ ਰਹੀ, ਮਸਲ ਦੀ ਗੱਲ ਕਰ ਰਹੀ ਹਾਂ। ਸੋ ਉਹਨਾਂ ਨੂੰ ਤਗੜੇ ਕਰਨ ਦਾ ਮਤਲਬ ਹੈ ਕਿ ਤੁਸੀਂ ਬਾਜ਼ਾਰ ਜਾਓ ਪੈਦਲ, ਸਬਜ਼ੀ ਖਰੀਦ ਕੇ ਲਿਆਓ, 2 ਥੈਲੇ ਭਰ ਕੇ ਦੋਨੋਂ ਪਾਸੇ, ਇਹ ਜ਼ਰੂਰੀ ਜੇ ਤੁਹਾਡੇ ਮਸਲ ਦੀ ਤਾਕਤ ਲਈ। ਫਿਰ ਰੋਜ਼ ਦਾ ਯੋਗ, ਮੈਂ ਯੋਗਾ ਨਹੀਂ ਕਵਾਂਗੀ ਕਿਉਂਕਿ ਅੰਗਰੇਜ਼ੀ ਵਾਲਿਆਂ ਨੇ ਸਾਡਾ ਨਾਮ ਵਿਗਾੜਤਾ, ਸਾਡਾ ਤਾਂ ਯੋਗ ਹੀ ਸੀ। ਸੋ ਯੋਗ ਆਸਨ ਜਿਹੜੇ ਵੀ ਤੁਸੀਂ ਕਰਦੇ ਹੋ ਪਹਿਲਾਂ ਤੋਂ ਜੇ ਕਰ ਰਹੇ ਹੋ, ਤੁਹਾਡਾ ਲਚਕ ਜੋ ਪੱਠਿਆਂ ਦੀ ਖਿੱਚ ਵਾਸਤੇ ਜ਼ਰੂਰੀ ਨੇ। ਹਾਂਜੀ, ਜੇ ਵੀ ਜੇ ਤੁਸੀਂ ਵੇਟ ਲਿਫਟਿੰਗ ਕਰਦੇ ਰਹੇ ਹੋ ਪਹਿਲਾਂ ਵੀ, ਤਾਂ ਹੁਣ ਉਹਦਾ ਥੋੜਾ ਜਿਹਾ ਘਟਾਉਣਾ ਜ਼ਰੂਰੀ ਜੇ। ਯਾਨੀ ਜਿਵੇਂ ਮੈਂ ਦੱਸਿਆ ਸੀ ਕਿ ਤੁਸੀਂ ਥੈਲੇ ਭਰ ਕੇ ਲਿਆ ਸਕਦੇ ਹੋ, ਤੁਸੀਂ ਕਿਤਾਬਾਂ ਦਾ ਭਾਰ ਚੁੱਕ ਕੇ ਦੂਜੇ ਪਾਸੇ ਰੱਖ ਸਕਦੇ ਹੋ, ਕਦੇ ਵੀ ਝੁੱਕ ਕੇ ਬਹੁਤਾ ਹੈਵੀ ਵੇਟ ਚੁੱਕ ਕੇ ਕਿਤਾਬ ਨਾ ਕਰਿਓ ਜੀ। ਹੱਡੀਆਂ ਦੀ ਕਮਜ਼ੋਰੀ ਜਿਹੜੀ ਹੈ ਇਸ ਉਮਰ ਵਿੱਚ, ਉਹ ਕਈ ਵਾਰ ਕੋਈ ਹੱਡੀ ਕਰੈਕ ਹੋ ਜੇ, ਟੁੱਟ ਜੇ, ਕਈ ਵਾਰ ਫਿਰ ਹਮੇਸ਼ਾ ਲਈ ਲੱਤਾਂ ਨਕਾਰਾ ਹੋ ਜਾਂਦੀਆਂ ਨੇ। ਹਾਂਜੀ, ਸੋ ਇਸੇ ਲਈ ਥੱਲੇ ਝੁੱਕ ਕੇ ਬਹੁਤਾ ਭਾਰ ਨਹੀਂ ਚੁੱਕਣਾ, ਤੁਸੀਂ ਗੋਡਿਆਂ ਪਰ ਨੇ ਥੱਲੇ ਬਹਿ ਕੇ ਭਾਵੇਂ ਭਾਰ ਉਹ ਚੁੱਕਣਾ ਚਾਹੋ ਤਾਂ ਤੁਸੀਂ ਚੁੱਕ ਲਓ ਜੀ। ਪਰ ਇਹ ਰੈਗੂਲਰ ਜਿਹੜੀ ਫਿਰ ਤੁਹਾਡੇ ਹੁੰਦੇ ਨੇ ਇੱਕ ਰੈਜ਼ਿਸਟੈਂਸ ਬੈਂਡ ਆਉਂਦੇ ਨੇ, ਉਹ ਹੁੰਦੇ ਜੇ ਤੁਹਾਡੇ ਪਲਾਸਟਿਕ ਦੇ ਰਬੜ ਦੇ ਖਿੱਚ ਕੇ ਤੁਸੀਂ ਉਹਨਾਂ ਨੂੰ, ਯਾਨੀ ਰਿੰਗਸ ਵਾਂਗ ਉਹ ਬਣੇ ਹੁੰਦੇ ਜਿਹਨਾਂ ਨੂੰ ਤੁਸੀਂ ਖਿੱਚ ਕੇ ਆਪਣੇ ਜਿਵੇਂ ਪੈਰਾਂ ਦੇ ਥੱਲੇ ਤੁਸੀਂ ਉਹਨੂੰ ਖਿੱਚ ਕੇ ਤੇ ਉਹਨੂੰ ਖਿੱਚ ਕੇ ਆਪਣੇ ਹੱਥਾਂ ਨਾਲ ਉੱਪਰ ਉਹਨੂੰ ਕਰੋ, ਖਿੱਚ ਪਾਉਂਦੇ ਨੇ ਜਿਹੜੇ, ਇਹ ਬੈਂਡਸ ਬਾਜ਼ਾਰਾਂ ਵਿੱਚ ਮਿਲਦੇ ਨੇ, ਰੈਜ਼ਿਸਟੈਂਟ ਬੈਂਡ, ਰੈਜ਼ਿਸਟੈਂਸ ਬੈਂਡਸ ਕਹਿੰਦੇ ਆ। ਹਾਂਜੀ, ਇਹ ਬੜੇ ਵਧੀਆ ਨੇ ਤੁਹਾਡੇ ਲੱਤਾਂ ਤੇ ਬਾਹਾਂ ਦੀ ਕਸਰਤ ਲਈ, ਕਿਉਂਕਿ ਜਿੰਨਾ ਤੁਰੋਗੇ ਓਨੀਆਂ ਹੱਡੀਆਂ ਤਗੜੀਆਂ ਰਹਿਣਗੀਆਂ, ਓਨਾ ਹੀ ਅਸੀਂ ਬਿਮਾਰ ਘੱਟ ਹੋਵਾਂਗੇ। ਫਿਰ ਇੱਕ ਜਿਹੜੇ ਪੁਰਾਣੇ ਪਹਿਲਾਂ ਕਰਦੇ ਹੁੰਦੇ ਸਨ, ਉਹ ਪੁਸ਼ ਅਪਸ ਕਰਦੇ ਹੁੰਦੇ ਨੇ, ਤੁਸੀਂ ਦੇਖੋ ਕਿ ਸਿੱਧਾ ਲੇਟ ਕੇ ਹੱਥਾਂ ਦੇ ਉੱਤੇ ਭਾਰ ਪਾ ਕੇ ਫਿਰ ਉੱਪਰ ਚੁੱਕਣਾ ਤੇ ਫਿਰ ਥੱਲੇ ਲਿਆਉਣਾ, ਇਹ ਯਾਨੀ ਤੁਸੀਂ 100-100 ਨਹੀਂ ਕਰਨੇ, ਪਰ ਤੁਸੀਂ ਜੇ ਤੁਹਾਡੀ ਪਿੱਠ ਠੀਕ ਹੈ, ਤੁਹਾਡੇ ਜੋੜ ਠੀਕ ਨੇ, ਤਾਂ ਇਹ 4-5 ਜ਼ਰੂਰ ਕਰ ਲਿਆ ਕਰੋ ਰੋਜ਼।
जी ਉਸੇ ਤਰ੍ਹਾਂ ਥੋੜਾ ਜਿਹਾ ਨੀਵਾ ਹੋ ਕੇ ਫਿਰ ਸਿੱਧੇ ਹੋ ਕੇ ਗੋਡਿਆਂ ਦੀ ਕਸਰਤ ਵੀ ਕਰਨੀ ਚਾਹੀਦੀ ਹੈ। ਸਾਈਕਲ ਤੇ ਕਮਾਲ ਹੀ ਹੋ ਜਾਏ ਜੇ ਚਲਾ ਲਓ। ਮੈਂ ਹਾਂਜੀ ਆਪਣੇ ਪਾਪਾ ਜੀ ਨੂੰ ਵੀ 90 ਵਰਿਆਂ ਦੀ ਉਮਰ ਤੱਕ ਸਾਈਕਲ ਚਲਾਉਂਦੇ ਵੇਖਿਆ। ਮੈਂ ਆਪ ਵੀ ਜ਼ਰੂਰ ਹੁਣ ਚਲਾਉਣੀ ਆ। ਸੋ ਮੇਰਾ ਖਿਆਲ ਹੈ ਕਿ ਜੇ ਅਸੀਂ ਸਾਈਕਲ ਚਲਾਉਂਦੇ ਰਹੀਏ ਗੋਡੇ ਜ਼ਿਆਦਾ ਸਮੇਂ ਤੱਕ ਸਾਥ ਦਿੰਦੇ ਰਹਿੰਦੇ ਨੇ। ਸੋ ਇਹਨਾਂ ਦਾ ਸਰੀਰ ਉਂਝ ਹੀ ਹੁੰਦਾ ਜਿਵੇਂ ਕਾਰ ਖੜੀ ਕਰ ਦਿਓਗੇ ਤੇ ਮੋਟਰ ਬਹਿ ਜਾਂਦੀ ਹੈ। ਸੋ ਇਸੇ ਤਰ੍ਹਾਂ ਸਰੀਰ ਸਾਈਕਲਿੰਗ ਜੇ ਕਰਦੇ ਰਹੋ, ਜੇ ਤੁਹਾਨੂੰ ਬਾਹਰ ਜਾਣਾ ਔਖਾ ਤੁਸੀਂ ਘਰ ਦੇ ਅੰਦਰ ਰੱਖ ਸਕਦੇ ਹੋ। ਅੱਜ ਕੱਲ ਤਾਂ ਦੂਜੇ ਸਾਈਕਲ ਐਕਸਰਸਾਈਜ਼ ਵਾਲੇ ਵੀ ਅਵੇਲੇਬਲ ਨੇ, ਪਰ ਇਹ ਤਾਂ ਹਰ ਹਾਲ ਵਿੱਚ ਕਰਨੇ ਹੀ ਕਰਨੇ ਨੇ। ਹੁਣ ਇਸੇ ਤਰ੍ਹਾਂ ਕਈ ਚਲਾਉਣੀ ਬੜਾ ਹੀ ਅਸਰਦਾਰ ਜੇ। ਸੱਚ ਦੱਸਾਂ ਹਰਸ਼ਰਨ, ਜਿੰਨੇ ਸਾਡੇ ਬਜ਼ੁਰਗ ਸਨ ਕਿਉਂ ਸਿਹਤਮੰਦ ਸਨ ਪਹਿਲਾਂ, ਕਾਰਨ ਇਹੋ ਕਿ ਭਾਵੇਂ ਉਹ ਸ਼ੂਗਰ ਜਾਂ ਬਲੱਡ ਪ੍ਰੈਸ਼ਰ ਜਾਂ ਸ਼ੂਗਰ ਦੀਆਂ ਬਿਮਾਰੀਆਂ ਨਾਲ ਜਿਨ੍ਹਾਂ ਨੂੰ ਕਿ ਅਸੀਂ ਦੇਖਦੇ ਹਾਂ ਹਾਂਜੀ ਹੁਣ ਹੋਰਨਾਂ ਸੂਬਿਆਂ ਵਿੱਚੋਂ ਟੱਪਦੇ ਹੀ ਨਹੀਂ ਉਸ ਉਮਰ ਨੂੰ 40-45 ਤੇ ਮੌਤ ਹੋ ਰਹੀ ਹੈ। ਪੰਜਾਬੀ ਮਿਹਨਤੀ ਸਨ ਤੇ ਉਹ ਹੁਣ ਵੀ ਜੇ ਇਸੇ ਤਰ੍ਹਾਂ ਤੁਰਨ ਕਿ ਆਪਣੀ ਘਰ ਦੇ ਵਿੱਚ ਹੀ ਜੇ ਤੁਸੀਂ ਕਰਨਾ ਖੁਰਪਾ ਜਾਂ ਕਈ ਚਲਾਉਣ ਨਾਲ ਤੁਹਾਡਾ ਕਾਫੀ ਉਹਦੇ ਨਾਲ ਤੁਹਾਡਾ ਸਰੀਰ ਤਕੜਾ ਰਹੇਗਾ ਜੀ ਡਾਕਟਰ ਸਾਹਿਬ। ਫਿਰ ਸਵਿਮਿੰਗ ਜਿਹੜੇ ਕਰ ਸਕਦੇ ਹੋਣ ਤਾਂ ਉਹ ਤਾਂ 90 ਵਰਿਆਂ ਤੇ ਵੀ ਅਸੀਂ ਕਹਿੰਦੇ ਹਾਂ ਜ਼ਰੂਰ ਕਰਦੇ ਰਹਿਣ, ਬਹੁਤ ਵਧੀਆ। ਜੇ ਨਹੀਂ ਵੀ ਆਉਂਦੀ ਤਾਂ ਰੱਬ ਦਾ ਵਾਸਤਾ ਜੇ ਤੁਸੀਂ ਫੇਰ ਵੀ ਵੜ ਜਾਓ। ਅੱਜ ਕੱਲ੍ਹ ਉਹ ਮਿਲਦੇ ਜੇ ਤੁਹਾਨੂੰ ਬਹੁਤ ਕੁਛ ਪਲਾਸਟਿਕ ਦੇ ਸਪੋਰਟਸ, ਉਹਨਾਂ ਨੂੰ ਫੜ ਕੇ ਕੱਲੀਆਂ ਲੱਤਾਂ ਹੀ ਵਿੱਚ ਖੜੇ ਇੱਕ ਥਾਂ ਤੇ ਖੜੀ ਘੁਮਾਈ ਜਾਓ ਤਾਂ ਵੀ ਬਹੁਤ ਵਧੀਆ ਜੇ, ਜ਼ਰੂਰ ਕਰੋ। ਜਿਹੜਾ ਤੁਰਨਾ ਜੇ ਉਹਨੂੰ ਤੇਜ਼ ਹੀ ਤੁਰਨਾ ਅਸੀਂ ਕਹਿੰਦੇ ਹਾਂ, ਹਾਂਜੀ ਫਾਸਟ ਵਾਕਿੰਗ ਦਾ ਫਾਇਦਾ ਜੇ ਟਹਿਲਣ ਦਾ ਫਾਇਦਾ ਨਹੀਂ ਹੈ। ਪੌੜੀਆਂ ਧਿਆਨ ਨਾਲ, ਕਿਉਂਕਿ ਅਸੀਂ ਛੋਟੇ ਬੱਚਿਆਂ ਤਾਂ ਕਹਿੰਦੇ ਹਾਂ ਦੌੜ ਕੇ ਪੌੜੀਆਂ ਉੱਤੇ ਥੱਲੇ 100 ਵਾਰ ਚੜੋ, ਪਰ ਇਸ ਉਮਰ ਵਿੱਚ ਪੌੜੀਆਂ ਕਿਉਂਕਿ ਜੇ ਤਿਲਕ ਜਾਓ ਤਾਂ ਖਤਰਨਾਕ ਹੋ ਸਕਦਾ। ਸੋ ਪੌੜੀਆਂ ਤੋਂ ਥੋੜਾ ਜਿਹਾ ਬਚਾ ਕਰਕੇ, ਪਰ 150 ਮਿੰਟ ਦੀ ਤਗੜੀ ਕਸਰਤ ਹਰ ਹਫ਼ਤੇ ਜ਼ਰੂਰੀ, ਜਿਸ ਚ ਘੱਟੋ ਘੱਟ ਕਹਿ ਰਹੀ ਹਾਂ ਮੈਂ 30 ਮਿੰਟ ਤਾਂ ਤੁਸੀਂ ਹਰ ਰੋਜ਼ ਕਰੋ ਹੀ ਕਰੋ। 40 ਮਿੰਟ ਲੈ ਜਾਓ ਬਹੁਤ ਵਧੀਆ, ਤੇ ਜੇ ਕਿਤੇ 60 ਮਿੰਟ ਲੈ ਜਾਓ ਫਿਰ ਤਾਂ ਦੁਆਵਾਂ ਹੀ ਦੁਆਵਾਂ ਨੇ ਤੁਹਾਡੇ ਲਈ, ਕਮਾਲ ਕਰ ਰਹੇ ਹੋ। ਸੋ ਇਹ ਜੇ ਅਸੀਂ ਰੈਗੂਲਰ ਕਰ ਸਕੀਏ, ਜਿਹਦੇ ਵਿੱਚ ਘੱਟ ਤੋਂ ਘੱਟ ਬੈਠਣਾ, ਯਾਨੀ ਬਹੁਤ ਘੱਟ ਬੈਠੋ, ਜਦੋਂ ਹੀ ਮੌਕਾ ਲੱਗੇ ਪਾਣੀ ਆਪ ਲਿਆਓ, ਆਪ ਉੱਠ ਕੇ ਦਰਵਾਜ਼ਾ ਖੋਲ ਲਓ, ਕਰਟਨ ਅੱਗੇ ਕਰ ਲਓ, ਜੋ ਵੀ ਮਰਜ਼ੀ, ਯਾਨੀ ਖਿੜਕੀ ਖੋਲਣੀ, ਆਪਣੀ ਅਲਮਾਰੀ ਸਾਫ਼ ਕਰ ਲਓ, ਤੁਰਨਾ ਫਿਰਨਾ ਰੱਖੋ ਹਾਂਜੀ ਤਾਂ ਉਮਰ ਲੰਮੀ ਕਰਦਾ ਜੇ। ਜੀ ਡਾਕਟਰ ਸਾਹਿਬ, ਸੋ ਇਹ ਤਾਂ ਮਤਲਬ ਬਹੁਤ ਹੀ ਕਮਾਲ ਦੀਆਂ ਚੀਜ਼ਾਂ ਤੁਸੀਂ ਦੱਸੀਆਂ ਨੇ, ਗੱਲਾਂ ਦੱਸੀਆਂ ਨੇ ਇੱਕ ਇਨਸਾਨ ਦੇ ਸਿਹਤਮੰਦ ਰਹਿਣ ਦੇ ਲਈ, ਖਾਣ ਪੀਣ ਵੀ ਤੇ ਜਿਹੜੀਆਂ ਤੁਸੀਂ ਕਸਰਤਾਂ ਦੱਸੀਆਂ ਨੇ ਵੱਖ ਵੱਖ ਤਰ੍ਹਾਂ ਦੀਆਂ, ਉਹ ਮਤਲਬ ਬਹੁਤ ਹੀ ਆਪਾਂ ਕਹਿ ਸਕਦੇ ਕਿ ਵੱਡਮੁੱਲੀਆਂ ਸਲਾਹਾਂ ਨੇ ਜਿਹੜੀਆਂ ਸਾਡੇ ਦਰਸ਼ਕਾਂ ਨੂੰ ਮੁਫਤ ਦੇ ਵਿੱਚ ਘਰੇ ਬੈਠਿਆਂ ਨੂੰ ਮਿਲ ਜਾਂਦੀਆਂ ਨੇ, ਤੇ ਸਾਡੀ ਜ਼ਿੰਮੇਦਾਰੀ ਹੈ ਕਿ ਅਸੀਂ ਇਹਨਾਂ ਨੂੰ ਲਾਗੂ ਕਰਨਾ ਆਪਣੀ ਜ਼ਿੰਦਗੀ ਦੇ ਵਿੱਚ। ਇਹ ਮੈਨੂੰ ਲੱਗਦਾ ਸਾਡੇ ਸਾਰੇ ਦਰਸ਼ਕ ਬਹੁਤ ਹੀ ਸੌਖੇ ਤਰੀਕੇ ਨਾਲ ਕਰ ਸਕਦੇ ਨੇ। ਬਿਲਕੁਲ, ਤੇ ਮੈਂ ਤੁਹਾਨੂੰ ਇੱਕ ਹੋਰ ਜ਼ਰੂਰ ਮੁਬਾਰਕ ਦੇ ਦਿਆਂ। ਦਿੱਲੀ ਯੂਨੀਵਰਸਿਟੀ ਵਿੱਚ ਸਾਂ ਮੈਂ, ਖਾਲਸਾ ਕਾਲਜ ਦੇ ਵਿੱਚ, ਉੱਥੇ ਜਿਹੜੇ ਅੰਦਰ ਹੈ, ਮੈਂ ਹੈਰਾਨ ਸਾਂ ਕਿ ਕਿੰਨੇ ਨੌਜਵਾਨ ਬੱਚੇ ਵੀ, ਕਿੰਨੇ ਟੀਚਰਸ ਵੀ, ਸਾਰੇ ਜਿਨ੍ਹਾਂ ਨੇ ਜ਼ਿਕਰ ਕੀਤਾ ਖਾਲਸ ਖਾਣਾ ਲਗਾਤਾਰ ਉਹ ਦੇਖਦੇ ਨੇ। ਉਹਨਾਂ ਦਾ ਉਲਾਂਭਾ ਵੀ ਸੀ ਕਿ ਸਾਨੂੰ ਗੈਪ ਕਿਉਂ ਪਾ ਦਿੰਦੇ ਹੋ, ਦਿਨ ਇੱਕੋ ਰੱਖੋ ਤੇ ਅਸੀਂ ਰੈਗੂਲਰ ਸੁਣਨਾ ਚਾਹੁੰਦੇ ਹਾਂ। ਸੋ ਮੈਂ ਵਾਅਦਾ ਕਰ ਰਹੀ ਹਾਂ ਵੀ ਮੈਂ ਬੜੀ ਵਾਰ, ਅਸੀਂ ਵਾਅਦੇ ਤੋੜੇ ਨੇ, ਐਤਕੀ ਨਹੀਂ ਟੁੱਟਣ ਦਿਆਂਗੇ, ਕੋਸ਼ਿਸ਼ ਕਰਾਂਗੇ। ਪਰ ਮੇਰਾ ਖਿਆਲ ਉਹ ਸਮਝਦੇ ਨੇ ਕਿ ਕਈ ਵਾਰ ਘਰ ਦੀਆਂ ਮਜਬੂਰੀਆਂ, ਕੁੱਝ ਕੁਦਰਤੀ ਆਫ਼ਤਾਂ, ਕੁੱਝ ਪਰੇਸ਼ਾਨੀਆਂ ਹੋ ਜਾਂਦੀਆਂ ਨੇ, ਕੁਝ ਡਿਊਟੀਆਂ ਅਜਿਹੀਆਂ ਕਿ ਕਦੇ ਉੱਪਰ ਥੱਲੇ ਹੋ ਜਾਂਦਾ, ਪਰ ਅਸੀਂ ਕੋਸ਼ਿਸ਼ ਕਰਾਂਗੇ ਇਹ ਪ੍ਰੋਗਰਾਮ ਰੈਗੂਲਰ ਤੌਰ ਤੇ ਹੀ ਰੱਖੀਏ। ਜੀ ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਆਪਣਾ ਕੀਮਤੀ ਸਮਾਂ ਕੱਢਦੇ ਹੋ ਸਾਡੇ ਸਾਰਿਆਂ ਦੇ ਲਈ, ਤੇ ਸਾਡੇ ਦਰਸ਼ਕਾਂ ਦਾ ਵੀ ਧੰਨਵਾਦ ਜੋ ਸਾਨੂੰ ਇਰੈਗੂਲਰ ਹੋਣ ਤੇ ਮਾਫ਼ ਵੀ ਕਰਦੇ ਰਹਿੰਦੇ ਨੇ ਤੇ ਹਮੇਸ਼ਾ ਸਾਨੂੰ ਯਾਦ ਵੀ ਕਰਦੇ ਰਹਿੰਦੇ ਨੇ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਅਗਲੇ ਹਫ਼ਤੇ ਫੇਰ ਮਿਲਾਂਗੇ ਇਸੇ ਸਮੇਂ ਤੇ, ਆਸ ਕਰਦੇ ਹਾਂ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ, ਧਿਆਨ ਰੱਖਿਓ। ਸਤਿ ਸ੍ਰੀ ਅਕਾਲ, ਤੇ ਜਾਂਦੇ ਜਾਂਦੇ ਫਿਰ ਉਹੀ ਸੁਣਿਆ, ਖੁਸ਼ ਰਹੋ, ਤੰਦਰੁਸਤ ਰਹੋ, ਆਬਾਦ ਰਹੋ, ਪਰ ਅਸਰ ਤਾਂ ਹੀ ਹੋਣਾ ਜੇ ਸ਼ੇਅਰ ਕਰੋਗੇ। ਬਹੁਤ ਧੰਨਵਾਦ, ਠੀਕ ਹੈ ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ।